ਕੱਲ ਨੂੰ ਮੰਤਰੀ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਚ ਬੱਜਣ ਜਾ ਰਹੇ ਨੇ, ਜਿਸ ਨੂੰ ਲੈ ਕੇ ਅਨਮੋਲ ਗਗਨ ਮਾਨ ਦੇ ਘਰ ਦੇ ਵਿੱਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਨੇ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਬੇਹੱਦ ਖੂਬਸੂਰਤ ਨਜ਼ਰ ਆ ਰਹੇ ਨੇ ਮੰਤਰੀ ਅਨਮੋਲ ਗਗਨ ਮਾਨ, ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਨੇ। ਮੰਤਰੀ ਅਨਮੋਲ ਗਗਨ ਮਾਨ ਜੋ ਕੱਲ੍ਹ ਵਿਆਹ ਦੇ ਬੰਧਨ 'ਚ ਬੱਜਣਗੇ, ਸੋਹੀ ਪਰਿਵਾਰ ਦੇ ਨੂੰਹ ਬਣਨ ਜਾ ਰਹੇ ਨੇ। ਕੱਲ੍ਹ ਸੋਹੀ ਪਰਿਵਾਰ ਦੇ ਨੂੰਹ ਬਣਨਗੇ ਅਨਮੋਲ ਗਗਨ ਮਾਨ। ਮਹਿੰਦੀ ਰਸਮ ਦੀਆਂ ਤਸਵੀਰਾਂ ਆਈਆਂ ਨੇ, ਹਰੇ ਰੰਗ ਦੇ ਜੋੜੇ ਦੇ ਵਿੱਚ ਨਜ਼ਰ ਆ ਰਹੇ ਨੇ ਅਨਮੋਲ ਗਗਨ ਮਾਨ, ਜਿਨ੍ਹਾਂ ਦੇ ਹੱਥਾਂ 'ਤੇ ਬੇਹੱਦ ਖੂਬਸੂਰਤ ਮਹਿੰਦੀ ਵੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਇਸੇ ਮਹਿੰਦੀ ਦੇ ਫੰਕਸ਼ਨ ਦੇ ਦੌਰਾਨ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ, ਆਪਣੇ ਪਰਿਵਾਰ ਦੇ ਨਾਲ ਸਗੇ ਸੰਬੰਧੀਆਂ ਦੇ ਨਾਲ ਬੇਹੱਦ ਖੁਸ਼ ਵੀ ਨਜ਼ਰ ਆ ਰਹੇ ਨੇ। ਨੇੜਲੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਮੌਜੂਦ ਰਹੇ ਨੇ ਇਸ ਫੰਕਸ਼ਨ ਦੇ ਦੌਰਾਨ। ਇਸ ਫੰਕਸ਼ਨ ਦੇ ਦੌਰਾਨ ਕਾਫੀ ਖੁਸ਼ ਨਜ਼ਰ ਆਏ ਅਨਮੋਲ ਗਗਨ ਮਾਨ, ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦੇ ਕਿ 16 ਜੂਨ ਯਾਨੀ ਕਿ ਕੱਲ੍ਹ ਦੇ ਦਿਨ ਜ਼ੀਰਕਪੁਰ ਦੇ ਵਕੀਲ ਪੇਸ਼ੇ ਤੋਂ ਵਕੀਲ ਨੇ, ਜਿਨ੍ਹਾਂ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਨੇ ਅਨਮੋਲ ਗਗਨ ਮਾਨ। ਇਸੇ ਨੂੰ ਲੈ ਕੇ ਘਰ ਦੇ ਵਿੱਚ ਵਿਆਹ ਦਾ ਮਾਹੌਲ ਤਾਂ ਹੈ ਹੀ ਹੈ, ਅਤੇ ਪਰ ਜਿਹੜੀਆਂ ਰਸਮਾਂ ਨੇ, ਜਿਹੜੀਆਂ ਪੰਜਾਬੀ ਰੀਤੀ ਰਿਵਾਜ਼ ਵਾਲੀਆਂ ਜਿਹੜੀਆਂ ਵੀ ਰਸਮਾਂ ਨੇ, ਉਹ ਰਸਮਾਂ ਸ਼ੁਰੂ ਹੋ ਗਈਆਂ ਨੇ। ਉਹਨਾਂ ਦੇ ਵਿੱਚੋਂ ਇੱਕ ਰਸਮ, ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਵਿਆਹ ਵਾਲਾ ਜਿਹੜਾ ਮਾਹੌਲ ਇੱਥੇ ਬਣਿਆ ਹੋਇਆ। ਮੰਤਰੀ ਅਨਮੋਲ ਗਗਨ ਮਾਨ ਦੇ ਘਰ ਉੱਥੋਂ ਦੀਆਂ ਤਸਵੀਰਾਂ ਆਈਆਂ ਨੇ, ਪਰਿਵਾਰਕ ਮੈਂਬਰਾਂ ਦੇ ਨਾਲ ਬੇਹੱਦ ਖੁਸ਼ ਨਜ਼ਰ ਆ ਰਹੇ ਨੇ ਅਨਮੋਲ ਗਗਨ ਮਾਨ। ਅਤੇ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ 16 ਜੂਨ ਨੂੰ ਜ਼ੀਰਕਪੁਰ ਦੇ ਵਕੀਲ ਅਤੇ ਬਿਜ਼ਨਸਮੈਨ ਸ਼ਹਿਬਾਜ਼ ਸੋਹੀ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਬੱਜਣਗੇ। ਅਨਮੋਲ ਗਗਨ ਮਾਨ ਦਾ ਪਰਿਵਾਰ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ, ਅਤੇ ਵਿਆਹ ਜਿਹੜਾ ਉਹਨਾਂ ਦਾ ਜ਼ੀਰਕਪੁਰ ਦੇ ਬਲਟਾਣਾ ਦੇ ਸੋਹੀ ਪਰਿਵਾਰ ਦੇ ਵਿੱਚ ਤੈਅ ਹੋਇਆ। ਅਤੇ ਉਹਨਾਂ ਦੇ ਪਤੀ ਯਾਨੀ ਹੋਣ ਵਾਲੇ ਪਤੀ ਨੇ ਜਿਹਨਾਂ ਦੇ ਨਾਲ ਕੱਲ੍ਹ ਵਿਆਹ ਦੇ ਬੰਧਨ 'ਚ ਬੱਜਣਗੇ, ਐਡਵੋਕੇਟ ਸ਼ਹਿਬਾਜ਼ ਸੋਹੀ, ਜੋ ਇਹਨਾਂ ਦਿਨੀ ਆਪਣੇ ਮਾਤਾ ਸ਼ਿਲਮ ਸੋਹੀ ਦੇ ਨਾਲ ਚੰਡੀਗੜ੍ਹ ਦੇ ਸੈਕਟਰ 3 ਦੇ ਵਿੱਚ ਰਹਿੰਦੇ ਨੇ, ਪਰ ਜ਼ੀਰਕਪੁਰ ਦੇ ਹੀ ਗੁਰੂ ਘਰ ਦੇ ਵਿੱਚ ਵਿਆਹ ਦੀਆਂ ਰਸਮਾਂ ਹੋਣਗੀਆਂ। ਦੱਸਦੇ ਕਿ ਅੱਜ ਦੱਸਿਆ ਜਾ ਰਿਹਾ ਕਿ ਬੇਹੱਦ ਸਾਦਗੀ ਦੇ ਨਾਲ ਇਤਿਹਾਸਕ ਗੁਰਦੁਆਰਾ ਸਾਹਿਬ ਨਾਭਾ ਸਾਹਿਬ ਦੇ ਵਿੱਚ ਵਿਆਹ ਦੇ ਬੰਧਨ ਦੇ ਵਿੱਚ ਵੱਜੇਗੀ ਇਹ ਜੋੜੀ। ਕੱਲ੍ਹ ਦਾ ਦਿਨ ਦੋਵੇਂ ਇੱਕ ਦੂਸਰੇ ਦੇ ਹੋ ਜਾਣਗੇ, ਅਤੇ ਇਸੇ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਹਰੇ ਰੰਗ ਦੇ ਬੇਹੱਦ ਖੂਬਸੂਰਤ ਸੂਟ ਦੇ ਵਿੱਚ ਨਜ਼ਰ ਆ ਰਹੇ ਨੇ ਮੰਤਰੀ ਅਨਮੋਲ ਗਗਨ ਮਾਨ, ਮਹਿੰਦੀ ਲਗਵਾਉਂਦੇ ਹੋਏ ਦੀਆਂ ਇਹ ਤਸਵੀਰਾਂ ਨੇ। ਅਤੇ ਮਹਿੰਦੀ ਦੀ ਰਸਮ ਦੇ ਦੌਰਾਨ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ, ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜਿਹੜੇ ਨੇੜਲੇ ਨੇ ਸਗੇ ਸੰਬੰਧੀ ਨੇ ਉਹ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਬੇਹੱਦ ਖੁਸ਼ ਹੱਸਦੇ ਹੋਏ। ਇੱਥੇ ਤਸਵੀਰਾਂ ਜਿਹੜੀਆਂ ਅਨਮੋਲ ਗਗਨ ਮਾਨ ਦੀਆਂ ਨਜ਼ਰ ਆ ਰਹੀਆਂ। ਫਿਲਹਾਲ 16 ਜੂਨ ਨੂੰ ਵਿਆਹ ਹੋਵੇਗਾ, ਸੋਹੀ ਪਰਿਵਾਰ ਦੇ ਨੂੰਹ ਬਣਨਗੇ ਮੰਤਰੀ ਅਨਮੋਲ ਗਗਨ ਮਾਨ, ਜਿਨ੍ਹਾਂ ਦੇ ਜ਼ੀਰਕਪੁਰ ਦੇ ਬਲਟਾਣਾ ਦੇ ਸੋਹੀ ਪਰਿਵਾਰ ਦੇ ਵਿੱਚ ਵਿਆਹ ਤੈਅ ਹੋਇਆ। ਅਨਮੋਲ ਗਗਨ ਮਾਨ ਤਾਂ ਦੱਸ ਦਈਏ ਕਿ ਪਰਿਵਾਰ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ, ਅਤੇ ਵਿਆਹ ਦੇ ਬਾਅਦ ਜ਼ੀਰਕ ਵਿਆਹ ਜਿਹੜਾ ਉਹ ਬਲਟਾਣਾ ਦੇ ਸੋਹੀ ਪਰਿਵਾਰ ਦੇ ਵਿੱਚ ਤੈਅ ਹੋਇਆ। ਐਡਵੋਕੇਟ ਸ਼ਹਿਬਾਜ਼ ਸੋਹੀ ਨੇ ਜਿਨ੍ਹਾਂ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਬੱਜਣਗੇ ਮੰਤਰੀ ਅਨਮੋਲ ਗਗਨ ਮਾਨ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।